ਹਲਕਾ ਖਡੂਰ ਸਾਹਿਬ ਤੋਂ ਆਮ ਪਾਰਟੀ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਲਈ ਇੱਕ ਹੋਰ ਮੁਸੀਬਤ ਖੜੀ ਦਿਖਾਈ ਦੇ ਰਹੀ ਹੈ। 2013 'ਚ ਹੋਏ ਉਸਮਾ ਕਾਂਡ ਵਾਲੀ ਹਰਬਰਿੰਦਰ ਨੇ ਸੋਸ਼ਲ ਮੀਡੀਆ 'ਤੇ ਆਪਣਾ ਬਿਆਨ ਦਿੱਤਾ ਹੈ ਕਿ ਮਨਜਿੰਦਰ ਸਿੰਘ ਸਿੱਧੂ ਨੇ ਮੇਰੇ ਨਾਲ ਇੱਕ ਵਿਆਹ ਸਮਾਗਮ 'ਚ ਛੇੜਛਾੜ ਕੀਤੀ ਸੀ, ਜਿਸ ਦਾ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ ਅਤੇ ਮੈਂ ਉਸਨੂੰ ਖਡੂਰ ਸਾਹਿਬ ਹਲਕੇ ਤੋਂ ਆਮ ਪਾਰਟੀ ਉਮੀਦਵਾਰ ਵਜੋਂ ਪੇਪਰ ਨਹੀਂ ਭਰਨ ਦੇਵਾਂਗੀ ਅਤੇ ਚੋਣ ਕਮਿਸ਼ਨਰ ਕੋਲੋਂ ਮੰਗ ਕਰਾਂਗੀ ਕਿ ਇਸਦੇ ਪੇਪਰ ਰੱਦ ਕੀਤੇ ਜਾਣ। ਔਰ ਮੈਂ ਮੇਰੇ ਦਿਲ ਵਿੱਚ ਆਮ ਪਾਰਟੀ ਬਾਰੇ ਬਹੁਤ ਤਕੜਾ ਰੋਸ ਹੈ, ਕਾਂਗਰਸ ਪਾਰਟੀ ਬਾਰੇ ਮੇਰਾ ਬਹੁਤ ਤਕੜਾ ਰੋਸ ਹੈ ਔਰ ਮੈਨੂੰ ਉਹ ਪਾਰਟੀਆਂ 'ਤੇ ਵੀ ਰੋਸ ਹੈ ਜਿਹੜੀਆਂ ਮੇਰੇ ਘਰ ਆਣ ਕੇ ਰੋਟੀਆਂ ਸੇਕ ਕੇ ਚਲੀਆਂ ਗਈਆਂ ਹੈ, ਕੋਈ ਮੇਰੀ ਬਾਤ ਨਹੀਂ ਪੁੱਛੀ, ਮੈਨੂੰ ਉਹਨਾਂ ਨਾਲ ਵੀ ਰੋਸ ਹੈ ਔਰ ਆਮ ਪਾਰਟੀ ਦੇ ਉੱਚ ਲੈਵਲ ਦੇ ਕੇਜਰੀਵਾਲ ਸਾਹਿਬ ਜੀ, ਮੈਨੂੰ ਤੁਹਾਡੇ ਨਾਲ ਵੀ ਰੋਸ ਹੈ ਕਿ ਤੁਹਾਡੇ ਨਾਲ ਮੈਂ ਬੇਨਤੀ ਕੀਤੀ ਹੈ, ਮੈਂ ਤੁਹਾਡੇ ਅਫਸਰਾਂ ਨੂੰ ਮਿਲੀ ਹਾਂ, ਮੈਂ ਉੱਚ ਲੈਵਲ ਤੁਹਾਨੂੰ ਵੀ ਮਿਲੀ ਹਾਂ, ਮੈਂ ਤੁਹਾਨੂੰ ਵੀ ਮਿਲੀ ਜੇ ਤੁਹਾਨੂੰ ਲੈਟਰ ਵੀ ਦਿੱਤੇ ਨੇ ਵੀ ਇਸ ਬੰਦੇ ਨੂੰ ਪਾਰਟੀ ਵਿੱਚੋਂ ਕੱਢੋ ਔਰ ਇਹ ਮੇਰੇ ਕੇਸ ਵਿੱਚ ਇਨਵੋਲਵ ਹੈ, ਇਸਨੇ ਮੇਰੇ ਨਾਲ ਗਲਤ ਕੀਤਾ ਹੈ, ਔਰ ਜੇਕਰ ਇਹਨੂੰ ਕੋਈ ਅਹੁਦਾ ਮਿਲ ਜਾਂਦਾ ਹੈ ਜਾਂ ਇਹ ਕੁਛ ਜਿੱਤ ਜਾਂਦਾ ਹੈ ਤਾਂ ਮੈਂ ਵਾਅਦੇ ਨਾਲ ਦਾਅਵੇ ਨਾਲ ਕਹਿੰਦੀ ਹਾਂ ਕਿ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਏਗਾ ਨਹੀਂ ਬਲਕਿ ਉਹਨਾਂ ਨੂੰ ਘਰੋਂ ਚੁੱਕ ਕੇ ਉਹਨਾਂ ਦੀ ਇੱਜ਼ਤ ਖਰਾਬ ਕਰੇਗਾ ਔਰ ਮੈਂ ਰੋਸ ਕਰਦੀ ਹਾਂ ਕਿ ਇਹਨੂੰ ਜੋ ਖਡੂਰ ਸਾਹਿਬ ਹਲਕਾ ਤੋਂ ਟਿਕਟ ਦਿੱਤੀ ਗਈ ਹੈ ਉਹ ਬਹੁਤ ਜ਼ਿਆਦਾ ਗਲਤ ਕੀਤਾ ਗਿਆ ਹੈ, ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲਣ ਦਾ ਕਰਕੇ ਉਹਨੂੰ ਟਿਕਟ ਦਿੱਤੀ ਗਈ ਹੈ, ਮੈਂ ਰੋਸ ਕਰਦੀ ਹਾਂ ਔਰ ਰੋਸ ਕਰਦੀ ਰਵਾਂਗੀ। ਮੈਂ ਆਪ ਸਾਹਿਬ ਨੂੰ ਚੁਣੌਤੀ ਵੀ ਇਹਨਾਂ ਆਮ ਪਾਰਟੀ ਦੇ ਕੇਜਰੀਵਾਲ ਸਾਹਿਬ ਤੁਹਾਨੂੰ ਚੁਣੌਤੀ ਦਿੰਦੀ ਹਾਂ ਕਿ ਇਹਨੂੰ ਤੁਸੀਂ ਖਡੂਰ ਸਾਹਿਬ ਹਲਕਾ ਤੋਂ ਮੇਰੇ ਲਾਗੇ ਤੋਂ ਤੁਸੀਂ ਇਹਨਾਂ ਨੂੰ ਟਿਕਟ ਦਿੱਤੀ ਹੈ, ਮੈਂ ਇਹਨਾਂ ਨੂੰ ਫੋਰਮ ਭਰਨ ਨਹੀਂ ਦੇਣ ਦੇਵਾਂਗੀ ਔਰ ਜਿੰਨਾ ਵੀ ਹੋ ਸਕਿਆ ਲੇਡੀਜ਼ ਉੱਥੇ ਲੈ ਕੇ ਆਪਣੇ ਸਮਾਜ ਦੇ ਲੋਕਾਂ ਨੂੰ ਉੱਥੇ ਇਕੱਠੇ ਕਰਕੇ ਉੱਥੇ ਧਰਨਾ ਦੇਵਾਂਗੀ, ਭੁੱਖ ਹੜਤਾਲ ਦੇਵਾਂਗੀ, ਜੋ ਮੇਰੇ ਤੋਂ ਕੀਤਾ ਗਿਆ ਮੈਂ ਉਹ ਕਰਾਂਗੀ ਪਰ ਮੈਂ ਇਹਨੂੰ ਫੋਰਮ ਭਰਨ ਨਹੀਂ ਦੇਵਾਂਗੀ। ਮੈਂ ਆਪਣੇ ਇਨਸਾਫ ਲੜਦੀ ਆ ਰਹੀ ਹਾਂ, 5 ਸਾਲਾਂ ਤੋਂ ਇਨਸਾਫ ਲੜਦੀ ਆ ਰਹੀ ਹਾਂ ਤਾਂ ਲੜਾਂਗੀ ਔਰ ਮਾਨਯੋਗ ਸੁਪਰੀਮ ਕੋਰਟ ਵੀ ਇਹ ਮੈਂ ਮੁੱਦਾ ਲੈ ਕੇ ਜਾਵਾਂਗੀ ਔਰ ਮੈਂ ਆਪ ਸਾਨੂੰ ਬੇਨਤੀ ਕਰਦੀ ਹਾਂ, ਪਲੀਜ਼ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੈਂ ਵੀ ਆਪ ਸਭ ਦੀ ਬੇਟੀ ਹਾਂ ਔਰ ਮੈਂ ਵੀ ਇਸੇ ਸਮਾਜ ਵਿੱਚ ਹੀ ਰਹਿੰਦੀ ਹਾਂ। ਇਸ ਸੰਬੰਧੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਿਆਸੀ ਲੋਕ ਇਸ ਮਾਮਲੇ 'ਤੇ ਰੋਟੀਆਂ ਸੇਕ ਰਹੇ ਹਨ ਅਤੇ ਮੈਂ ਪੇਪਰ ਦਾਖਲ ਕਰਾਵਾਂਗਾ ਅਤੇ ਮੇਰੀ ਸੁਰੱਖਿਆ ਪ੍ਰਸ਼ਾਸਨ ਨੇ ਕਰਨੀ ਹੈ। ਵੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਰਾਜਨੀਤੀ ਦੇ ਵਿੱਚ ਅਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਦੇ ਵਿੱਚ ਮਤਲਬ ਉਹਨਾਂ ਦੇ ਉਹਨੂੰ ਵਰਤ ਰਹੇ ਨੇ ਰਾਜਨੀਤਿਕ ਲੋਕ, ਸੋ ਉਹਨੂੰ ਮੈਂ ਇਹੀ ਅਪੀਲ ਕਰਦਾ ਕਿ ਰਾਜਨੀਤੀ ਬਹੁਤ ਮਾੜੀ ਹੈ, ਇਹਦੇ ਆਪਣੇ ਕੋਲ ਵਰਤਿਆ ਮੇਰੀ ਭੈਣ ਨੂੰ ਵਰਤਿਆ ਨਹੀਂ ਜਾਣਾ ਚਾਹੀਦਾ। ਸੋ ਵੇਖੋ, ਜਿਹੜੇ ਇਹ ਲੋਕਤੰਤਰ ਦਾ ਹਿੱਸਾ ਹੈ ਮੇਰਾ ਨੋਮੀਨੇਸ਼ਨ ਭਰਨਾ, ਜੇ ਉਹਦੇ ਵਿੱਚੋਂ ਕੋਈ ਰੁਕਾਵਟ ਪਾਵੇਗੀ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਹਦੇ 'ਤੇ ਪਰਚਾ ਦਰਜ ਕਰੂਗਾ, ਸੋ ਇਹ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਆ ਉਹ ਹੈ। ਇੱਕ ਵਾਰੀ ਉਹਦੇ ਫਿਰ ਉੱਧਰ ਆਇਆ ਵਾ ਜਿਹੜਾ ਮੈਰਿਜ ਦੇ ਵਿੱਚ ਕਿੰਨੀ ਮੇਰੇ ਨਾਲ ਛੇੜਛਾੜ ਕੀਤੀ, ਉਹ ਗੱਲਬਾਤ ਕੀਤੀ ਆ ਜਿਹੜੀ ਉੱਥੇ ਵੀਡੀਓ ਜਿਹੜੀ ਹਾਈ ਕੋਰਟ ਦੇ ਨੇ ਜੀ ਤੇ ਸੋ ਮੋਟੋ ਲਿਆ ਸੀ ਉਹ ਵੀਡੀਓ ਜਿਹੜੀ ਆ ਰਿਜੈਕਟ ਹੋ ਚੁੱਕੀ ਹੈ। ਸੋ ਬਾਕੀ ਜੇ ਆਪਾਂ ਕਿਸੇ ਨੂੰ ਕੋਈ ਦੋਸ਼ੀ ਕਹਿ ਨਹੀਂ ਸਕਦੇ ਜਿੰਨਾ ਚਿਰ ਕੋਰਟ ਦੇ ਵਿੱਚ ਕੇਸ ਚੱਲਦਾ, ਸੋ ਜੋ ਵੀ ਸਾਨੂੰ ਆਪਣੇ ਕਾਨੂੰਨ ਦੇ ਉੱਤੇ ਪੂਰਾ ਜਿਹੜਾ ਪੂਰਨ ਭਰੋਸਾ, ਸੋ ਕੋਰਟ ਮੈਨੂੰ ਉਹਦੇ ਵਿੱਚੋਂ ਬਰੀ ਕਰੇਗਾ ਕਿਉਂਕਿ ਮੈਂ ਅਜਿਹਾ ਕੋਈ ਵੀ ਜਿਹੜਾ ਕੰਮ ਨਹੀਂ ਕੀਤਾ।